ਵਿਆਹ ਕਰਨਾ ਫਿਰ ਦੋ ਆਪਾਂ ਦਸ ਦਸ ਕਰਨੇ ਕੀ ਕਰਨਾ ਦਸੇ ਹੋ ਜਾਣਾ ਮਾਮਾ ਦਸ ਵਿਆਹ ਕਰਨ ਨੂੰ ਕਰਦਾ ਇਹ ਰਾਜਾ ਬੰਨਾ ਚਾਹੁੰਦਾ ਪੁਰਾਣੇ ਟਾਈਮ ਦਾ ਹੁਣ ਸਾਡਾ ਮਿਸ਼ਨ ਹੈ ਛੱਲੀਆਂ ਤੋੜਨਾ ਛੱਲੀ ਤੋੜ ਕੇ ਆਵਾਂਗੇ ਛੱਲੀਆਂ ਘਰ ਲੈ ਕੇ ਜਾਵਾਂਗੇ ਫਿਰ ਨਾਲ ਮਾਮਾ ਜੀ ਨੇ ਦੇਖਦੇ ਹਾਂ ਛੱਲੀਆਂ ਲੱਡੂ ਨਾਲ ਸਾਡੇ ਸਿਪਾਹੀ ਛੋਟੇ ਛੋਟੇ ਚੱਕ ਲਏ ਅਸੀਂ ਨਾਲ ਉਹ ਰਹਿ ਗਿਆ ਪਿੱਛੇ ਇੱਕ ਉਹ ਦੇਖਿਆ ਉਹ ਰੇਖਾ ਉਹ ਸ਼ਹਿ ਠੀਕ ਨੀ ਹੁਣ ਤੁਹਾਨੂੰ ਛੱਲੀਆਂ छलियां लगियां हुई छली तोड़न चले छलियां तोड़ के खाइए ਘਰੇ ਆਪਾਂ ਲੈ ਜਾਈਏ ਦੇਖਦੇ ਹਾਂ ਪੱਕੀਆਂ ਲੱਗੀਆਂ ਕਿ ਨਹੀਂ ਮਾਮਾ ਉੱਡਦਾ ਹੀ ਜਾਂਦਾ ਮੌਸਮ ਬਹੁਤ ਘੈਂਟ ਹੋਇਆ ਆ ਗਿਆ ਛੱਲੀ ਦੇਖੋ ਤੁਸੀਂ ਇੱਦਾਂ ਪੱਕੀ ਆ ਪੱਕੀ ਆ ਉਹ ਮਤਲਬ ਤੋੜਨ ਵਾਲੀ ਆ ਤੋੜਨ ਵਾਲੀ ਆ ਹੋਰ ਕੀ ਐਜੇ ਹੀ ਹੁੰਦੀਆਂ ਹੋਰ ਕਿ ਐਜੇ ਹੋਣੀਆਂ ਠੀਕ ਨੇ ਮੈਂ ਤੂੰ ਗੱਲਾਂ ਗੱਲਾਂ ਦੇਖੇਗਾ ਤਾਂ ਤੂੰ ਰਾਤ ਕਰ ਦੇਣੀ ਹੈ ਤੋੜ ਲਈ ਨਾ ਤੋੜ ਲਓ छली तोड़ ली इधर छलियां ते खेत लगे हुए ने देखो बड़ी दूर तक छली खाओ घरद्या भी छलियां लेके जावे अभी दो तीन चार तोड़ा मतलब नहीं तो बाजारों लैन जाइए वाले 20 रुपए की इक्का और आप फ्री चक लैनिया मामे का आड़ी आए बंदा तो मामा छलियां हटदा नहीं मामा अज छलियां तोड़ तोड़ के ही छड्डू देखो मौसम बहुत बढ़िया होया मौसम चेक करो पिंड की तो अलग गलबात आ मामा हटदा नहीं है जिन्या मर्जियां तोड़ ला चार छलियां तोड़ लिया थी दो होर तोड़ लो एक मामे पिछो दिखा दो बंदे किवें होंदी छली आखो छली लगी हुई उपरों एवें होंदी आखो और पता लग जाता कच्ची है कि पक्की है मतलब खाने वाली है तो मामे ने तोड़नी नहीं दाने घट ने परे च छलियां तोड़ लिया आप पिंड बरवाली गला कबूतर बाजी देखने आए थे आप छलियां भी तोड़ लिया तुम दिखाता आप छलियां किवें तोड़ी दी है ਇੱਦਾਂ ਲੋਕਾਂ ਨੂੰ ਪਤਾ ਹੀ ਹੋਣਾ ਛੱਲੀ ਕਿਵੇਂ ਟੁੱਟੀ ਦੀ ਆ ਨਹੀਂ ਆਪਾਂ 20 ਰੁਪਏ ਦੀ ਇੱਕ ਛੱਲੀ ਆ ਆਪਾਂ ਫ੍ਰੀ 'ਚ ਲੈ ਗਏ ਕਹਿੰਦੇ ਛੱਲੀਆਂ ਦਾ ਅਚਾਰ ਵੀ ਪੈਂਦਾ ਤਾਂ ਪਹਿਲੀ ਵਾਰ ਪਤਾ ਲੱਗਿਆ ਵੀ ਛੱਲੀਆਂ ਦਾ ਅਚਾਰ ਵੀ ਪੈਂਦਾ ਉਰੇ ਡੰਗਰਾਂ ਵਾਸਤੇ ਕਿਆ ਬਾਤ ਹੈ ਮਾਮਾ ਜਾ ਰਿਹਾ ਮਾਮੇ ਤੇਰੀ ਵੀਡੀਓ ਬਹੁਤ ਵਧੀਆ ਬਣ ਰਹੀ ਹੈ ਤੂੰ ਤਾਂ ਐਂ ਫਿਰਦਾ ਜਾਵੇਂ ਨਿਊਜ਼ੀਲੈਂਡ ਫਿਰਦਾ ਹੋਵੇ ਨਿਊਜ਼ੀਲੈਂਡ ਤੋਂ ਛੱਲੀਆਂ ਚੋਰੀਆਂ ਕਰਕੇ ਲੈ ਕੇ ਆਏ ਹਾਂ ਅਸੀਂ ਮਾਮਾ ਸਹੀ ਗੱਲ ਹੈ ਤੇਰੀ ਵੀਡੀਓ ਬਹੁਤ ਵਧੀਆ ਬਣਦੀ ਆ ਉਹ ਹੈਗਾ ਜੀ ਮੰਦਰ ਪ੍ਰਾਚੀਨ ਮੰਦਰ ਉਰੇ ਦਾ ਸ਼ਿਵ ਮੰਦਰ ਬਰਵਾਲੀ ਗਲਾ ਦਾ ਤੁਸੀਂ ਦੇਖ ਸਕਦੇ ਹੋ ਮੰਦਰ ਆਹ ਮਾਮਾ ਟੌਰ ਨਾਲ ਜਾਂਦਾ ਆਹ ਦੇਖੋ ਮੌਸਮ ਬਹੁਤ ਵਧੀਆ ਉਹ ਛੱਲੀ ਹੈ ਆਹ ਦੇਖੋ ਜੀ ਮਾਮੇ ਠਹਿਰ ਜਾ ਭੱਜੀ ਹੋ ਜਾਂਦਾ ਆਹ ਛੱਲੀ ਚੋਰ ਛੱਲੀਆਂ ਚੋਰੀ ਕਰਦਾ ਮਾਮਾ ਲੈ ਮੈਨੂੰ ਫੜਾ ਦੋ ਕੁ ਲੈ ਥੱਲੇ ਗੇਰ ਤੀ ਇੱਕ ਲੈ ਇੱਕ ਆਹ ਪਾ ਲਓ ਲਿਫਾਫੇ ਲੈ ਕੇ ਆਣੇ ਸੀ ਆਹ ਦੇਖੋ ਛੱਲੀਆਂ ਫੜੀ ਹੋਈ ਕਿਵੇਂ ਫੜੀਆਂ ਹੋਈਆਂ ਹੁਣ ਛੱਲੀਆਂ ਬਰਵਾਲੀ ਤੋਂ ਖੰਨੇ ਜਾਣਗੀਆਂ ਖਾ ਕੇ ਪਤਾ ਲੱਗੂ ਕਹਿ ਜੀਆਂ ਨੇ ਇਹ ਤੁਹਾਨੂੰ ਦਿਖਾਵਾਂਗੇ ਖਾਂਦੇ ਹੋਏ ਵੀ ਦਿਖਾਵਾਂਗੇ ਵੀ ਦੇਖਦੇ ਆ ਵੀ ਜਿਹੜੀ ਛੱਲੀ ਲੱਗੀ ਹੁੰਦੀ ਆ ਉਹ ਵਧੀਆ ਹੁੰਦੀ ਕਿ ਜਿਹੜੀ ਪੱਟ ਕੇ ਪਹਿਲੀ ਤਿਆਰ ਕੀਤੀ ਹੁੰਦੀ ਉਹ ਵਧੀਆ ਹੁੰਦੀ ਵੈਸੇ ਮੈਨੂੰ ਲੱਗਦਾ ਇਹ ਵਧੀਆ ਹੋਊਗੀ ਹੈਗਾ ਪ੍ਰਾਚੀਨ ਮੰਦਰ ਸ਼ਿਵ ਜੀ ਦਾ ਹੁਣ ਤੁਹਾਨੂੰ ਘਰ ਹੀ ਮਿਲਦੇ ਆ ਛੱਲੀਆਂ ਚੱਕ ਲਈਆਂ ਮੈਂ ਛੱਲੀਆਂ ਦਾ ਦਿਖਾ ਕਿੰਨੀਆਂ ਛੱਲੀਆਂ ਤੋੜੀਆਂ ਕਿੰਨੀਆਂ ਛੱਲੀਆਂ ਤੋੜੀਆਂ ਆਪਾਂ 6 ਕੁੱਲ 6 ਛੱਲੀਆਂ ਤੋੜੀਆਂ ਸੀ ਬਰਵਾਲੀ ਕਲਾ ਦੋ ਦੋ ਤੇਰੇ ਕੋਲ 4 ਮੇਰੇ ਕੋਲ ਦੋ ਮੈਂ ਚੱਕੀ ਫਿਰਦਾ ਮੈਂ ਤਾਂ ਆਪਣੇ ਸੇ ਆਏ ਕੱਤ 'ਚ ਕੈਮਰਾ ਮਾਮੇ ਨੇ ਵੀ ਚੱਕਿਆ ਮੌਸਮ ਬਹੁਤ ਵਧੀਆ ਹੋਇਆ ਤੁਸੀਂ ਦੇਖੋ ਪਿੱਛੇ ਵਿਊ ਕਿੰਨਾ ਘੈਂਟ ਆਉਂਦਾ ਬਾਹਰਲੇ ਮੁਲਕ 'ਚ ਫਿਰਦੇ ਐਵੇਂ ਲੱਗਦਾ ਪਰ ਅੱਜ ਕਬੂਤਰਬਾਜੀ ਵੀ ਦੇਖ ਲਈ ਛੱਲੀਆਂ ਵੀ ਤੋੜ ਲਈਆਂ
ਹੁਣ ਦੇਖਦੇ ਆ ਵੀ ਕ੍ਰਿਕਟ ਦਾ ਮੈਚ ਮਾਮੇ ਦਿਖਾਣ ਲੈ ਕੇ ਜਾਉਂਗੇ ਕ੍ਰਿਕਟ ਦਾ ਮੈਚ ਦੇਖ ਲੈਨੇ ਆ ਦੇਖ ਲੈਨੇ ਉੱਥੇ ਪਰ ਕਹਿੰਦੇ ਬੰਦੇ ਘੱਟ ਹੁੰਦੇ ਨੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਵੀ ਦੇਖ ਹੀ ਲੈਨੇ ਆ ਕਿੰਨੇ ਕੁ ਬੰਦੇ ਹੁੰਦੇ ਨੇ ਵਲੋਗ ਨਾਲ ਜੁੜੇ ਰਹੋ ਸਾਹ ਚੜ ਗਿਆ ਇੰਨੇ ਕਿਤੇ ਛੱਲੀਆਂ ਤੋੜਦੇ ਤੋੜਦੇ ਛੱਲੀ ਮਾਮੇ ਨੇ ਤੋੜੀ ਸਾਹ ਮੈਨੂੰ ਚੜ ਗਿਆ ਹੋਰ ਮੈਂ ਕੋਈ ਕਹਿਣਾ ਚਾਹੇਗਾ ਹੋਰ ਬਹੁਤ ਵਧੀਆ ਮੌਸਮ ਅੱਜ ਮੰਦਰ ਵੀ ਆ ਗਏ ਵਿਆਹ ਕਰਾਉਣਾ ਨਹੀਂ ਵਿਆਹ ਦੇ ਸਾਡੇ ਦੋਨਾਂ ਲਈ ਕੁੜੀ ਹੈਗੀ ਆ ਕਮੈਂਟ ਵਿੱਚ ਦੱਸੋ ਅਸੀਂ ਨਹੀਂ ਆਮ ਪਾਰਟੀ ਜੁਆਇਨ ਕਰ ਲੈਣੀ ਕਹਿੰਦੇ ਉੱਥੇ ਛੇਤੀ ਵਿਆਹ ਹੁੰਦੇ ਨੇ ਅਤੇ ਸਾਡੇ ਦੋਨਾਂ ਦੇ ਵਿਆਹ ਹੋ ਜਾਣਗੇ ਤੀਜੇ ਐਮ ਐਲ ਏ ਸਾਹਿਬ ਦਾ ਵੀ ਕਰਨਾ ਸੀ ਵਿਆਹ ਤਿੰਨ ਜਾਣੇ ਵਿਆਹ ਲਈ ਬੈਠੇ ਨੇ ਬਾਹਮਣਾਂ ਦੇ ਮੁੰਡੇ ਜੇ ਵਿਆਹ ਕਰਾਓ ਕੁੜੀ ਕੰਮ ਕਰਦੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਵਿਹਲੇ ਬੰਦੇ ਆ ਠੀਕ ਨਹੀਂ ਤੁਸੀਂ ਕੰਮ ਕਰਦੇ ਹੋ ਤੂੰ ਵਿਹਲਾ ਕਿੱਥੇ ਮੈਂ ਕੀ ਕਰਦਾ ਆਹ ਕੈਮਰਾ ਚੱਕ ਕੇ ਲੱਗੇ ਹੋਏ ਛੱਲੀਆਂ ਤੋੜਨੀਆਂ ਕਬੂਤਰਬਾਜੀ ਦੇਖ ਲਈ ਇਹ ਕੰਮ ਹੈ ਤਾਂ ਵਿਹਲੇ ਵਾਲੇ ਕੰਮ ਨੇ ਕਬੂਤਰ ਸਭ ਤੋਂ ਬੜਾ ਕੰਮ ਤਾਂ ਇਹੀ ਆ ਇੰਜੋਏ ਕਰਨਾ ਤੁਸੀਂ ਇੰਜੋਏ ਕਰ ਰਹੇ ਹੋ ਇਹ ਜ਼ਿੰਦਗੀ 'ਚ ਕਿਹੜਾ ਵਾਰ ਵਾਰ ਆਉਣਾ ਇੱਕ ਵਾਰ ਆਉਣਾ ਠੀਕ ਹੈ ਵਿਆਹ ਕਿਹੜਾ ਫਿਰ ਦੋ ਆਪਾਂ ਦਸ ਦਸ ਕਰਨੇ ਕੀ ਕਰਨਾ ਦਸੇ ਹੋ ਜਾਣਾ ਮਾਮਾ ਦਸ ਵਿਆਹ ਕਰਨ ਨੂੰ ਕਰਦਾ ਇਹ ਰਾਜਾ ਬੰਨਾ ਚਾਹੁੰਦਾ ਪੁਰਾਣੇ ਟਾਈਮ ਦਾ ਕਿਹਦੀ ਰਾਣੀ ਚੱਕ ਕੇ ਲੈ ਕੇ ਆਣੀ ਹੈ ਰਾਣੀ ਖਬਰ ਕਿਹੜੀ ਸੰਜੋਗਾਂ ਜਾਜ ਦੇਖ ਲਓ ਤੇ ਕੋਈ ਹੈਗੀ ਆ ਠੀਕ ਆ ਮਿਲਦੇ ਆ